ਬਠਿੰਡਾ ਜੁਆਇਨ ਕਰ ਲਿਆ ਐਜ਼ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ। ਇਹਦੇ ਵਿੱਚ ਪੂਰੀ ਕੋਸ਼ਿਸ਼ ਹੋਊਗੀ ਕਿ ਜਿਹੜਾ ਜਿਹੜਾ ਮੇਰੇ ਕੰਮ ਕਰਨ ਵਾਲੇ ਹੈ ਉਹ ਟਾਈਮ ਸਿਰ ਅਸੀਂ ਕਰਾਂਗੇ, ਤਾਂ ਕਿ ਜਿੰਨੇ ਵੀ ਸਿਟੀਜ਼ਨਸ ਹੈਗੇ ਆ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਸਿਲਿਟੀਜ਼ ਮਿਲ ਸਕਣ, ਜ਼ਿਆਦਾ ਤੋਂ ਜ਼ਿਆਦਾ ਜਿਹੜੀ ਕਲੀਨਲੈਸ ਡਰਾਈਵ, ਜਿਹੜੇ ਅਵਾਰਾ ਪਸ਼ੂ ਹੈਗੇ ਆ ਉਹਨਾਂ ਬਾਰੇ ਜਿੱਥੇ ਜਿੱਥੇ ਉਹਨਾਂ ਨੂੰ ਗਊਸ਼ਾਲਿਆਂ 'ਚ ਭੇਜਣਾ, ਤਾਂ ਕਿ ਨੁਕਸਾਨ ਨਾ ਲੋਕਾਂ ਦਾ ਹੋਵੇ ਜਿਹੜੇ ਆ ਕੇ ਸਕੂਟਰਾਂ 'ਚ ਜਾਂ ਆਮ ਬੰਦਿਆਂ 'ਚ ਅਟੈਕ ਕਰਦੇ ਆ। ਇਸ ਤੋਂ ਇਲਾਵਾ ਜਿਹੜੀਆਂ ਵੀ ਗਲੀਆਂ ਨਾਲੀਆਂ ਜਿੱਥੇ ਅਟੈਂਸ਼ਨ ਸ਼ਹਿਰ ਦੀ ਹੋਣੀ ਚਾਹੀਦੀ ਹੈ, ਮੇਅਰ ਦੀ ਹੋਣੀ, ਕਮਿਸ਼ਨਰ MC ਦੀ ਹੋਣੀ ਚਾਹੀਦੀ ਹੈ, ਉਹ ਅਸੀਂ ਜੋ ਵੀ ਕੰਮ ਕਰਨ ਵਾਲਾ ਕਰਾਂਗੇ, ਟਾਈਮ ਸਿਰ ਕਰਾਂਗੇ। ਸਰ, ਟ੍ਰੈਫਿਕ ਦੀ ਬਹੁਤ ਸਮੱਸਿਆ, ਉਹਦੇ ਲਈ ਕੀ ਸਾਡੇ ਸੋਚਿਆ? ਦੇਖੋ, ਜਿਹੜਾ ਟ੍ਰੈਫਿਕ ਮੋਨੀਟਰਿੰਗ, ਜ਼ਿਆਦਾ ਤਾਂ ਜਿਹੜੇ ਸਿਟੀਜ਼ਨਸ ਹੈ ਉਹਨਾਂ ਦਾ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ। ਆਹੀ ਲਾਈਟਾਂ ਚੰਡੀਗੜ੍ਹ ਹੈਗੀਆਂ, ਆਹੀ ਸੜਕਾਂ ਚੰਡੀਗੜ੍ਹ ਹੈਗੀਆਂ, ਜਦੋਂ ਬੰਦਾ ਚੰਡੀਗੜ੍ਹ ਵੜਦਾ ਉੱਥੇ ਬੈਲਟ ਵੀ ਪਾ ਲੈਂਦਾ, ਉੱਥੇ ਡਿੱਪਰ ਵੀ ਚਲਾ ਲੈਂਦਾ, ਤਾਂ ਜਿੰਨੀ ਜ਼ਿੰਮੇਵਾਰੀ ਸਰਕਾਰ ਦੀ ਉੰਨੀ ਸਿਟੀਜ਼ਨਸ ਦੀ ਵੀ ਹੈਗੀ ਹੈ।